ਪੰਜਾਬ ਅੰਦਰ ਡਰੱਗ ਮਾਫੀਆ ਦੇ ਹੌਂਸਲੇ ਇਸ ਕਦਰ ਬੁਲੰਦ ਨੇ ਕਿ ਆਪਣੀ ਰਾਹ ਚਾਉਣ ਵਾਲੀ ਹਰੇਕ ਔਕੜ ਦਾ ਸਾਹਮਣਾ ਕਰ ਰਹੇ ਨੇ। ਫਿਰ ਭਾਵੇਂ ਉਹ ਪੁਲਿਸ ਹੋਵੇ ਜਾਂ ਪ੍ਰਸ਼ਾਸਨ, ਸਾਰਿਆਂ ਅੱਗੇ ਹਿੱਕ ਤਾਨ ਕੇ ਖੜੇ ਹੋ ਜਾਂਦੇ ਨੇ। ਪੁਲਿਸ ਇਹਨਾਂ ਬੇਖੌਫ ਨਸ਼ਾ ਤਸਕਰਾਂ ਅੱਗੇ ਬੇਬਸ ਦਿਖਾਈ ਦੇ ਰਹੀ ਹੈ। ਕਪੂਰਥਲਾ 'ਚ ਰੇਡ ਕਰਨ ਗਈ ਐਸਟੀਐਫ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ, ਜਿੱਥੇ ਪੁਲਿਸ ਟੀਮ ਤੇ ਨਸ਼ਾ ਤਸਕਰਾਂ ਨੇ ਹਮਲਾ ਕਰ ਦਿੱਤਾ। ਕਪੂਰਥਲਾ ਦੇ ਹਮੀਰਪੁਰਾ 'ਚ ਪੁਲਿਸ ਤੇ ਹਮਲਾ ਕਰਨ ਵਾਲੇ ਇਹ ਤਸਕਰ ਕੋਈ ਨਵੇਂ ਨਹੀਂ। ਇਸ ਤੋਂ ਪਹਿਲਾਂ ਵੀ ਇਹਨਾਂ ਨਸ਼ਾ ਤਸਕਰਾਂ ਨੇ ਜਲੰਧਰ, ਕਰਤਾਰਪੁਰ ਅਤੇ ਸੁਭਾਨਪੁਰ ਪੁਲਿਸ ਦੇ ਕਈ ਮੁਲਾਜ਼ਮਾਂ ਨੂੰ ਗੰਭੀਰ ਜ਼ਖਮੀ ਕੀਤਾ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿਵੇਂ ਇੱਕ ਥਾਪੜ ਕੇ ਨਸ਼ਾ ਤਸਕਰ ਸਮਾਜ 'ਚ ਵਿਚਰ ਰਹੇ ਨੇ। ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਕਪੂਰਥਲਾ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਪੂਰੇ ਮਾਮਲੇ 'ਤੇ ਕੋਈ ਵੀ ਪੁਲਿਸ ਮੁਲਾਜ਼ਮ ਸਾਹਮਣੇ ਨਹੀਂ ਆਇਆ, ਪਰ ਸਿਵਲ ਹਸਪਤਾਲ ਦੇ ਡਾਕਟਰ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ। ਟੋਟਲ 5 ਪੀਪਲ ਹੈਵ ਕਮ ਇਨ ਹਸਪੀਟਲ ਤੇ 4 ਵਰ ਮੇਲ, 1 ਫੀਮੇਲ ਸੀ, ਠੀਕ ਹੈ। ਇਹਨਾਂ ਦੀ ਨੀਅਰ ਵਿਲੇਜ ਹਮੀਰਾ ਸੁਭਾਨਪੁਰ ਰੇਡ 'ਚ ਇਹਨਾਂ ਨੂੰ ਇੰਜਰੀਜ਼ ਹੋਈਆਂ ਨੇ। 2 ਜਣਿਆਂ ਦੇ ਹੈਡ ਇੰਜਰੀਜ਼ ਨੇ, ਪਰ 2 ਜਣਿਆਂ ਦੇ ਆਰਮ ਅਤੇ ਲੈਗ 'ਤੇ ਇੰਜਰੀਜ਼ ਆ, ਸਟੇਬਲ ਆ, ਵਾਈਟਲ ਸਟੇਬਲ ਆ, ਸਾਰੇ ਜਣੇ ਸਟੇਬਲ ਨੇ ਇਸ ਟਾਈਮ 'ਤੇ। ਸਰ ਕੋਈ ਫਾਇਰ ਇੰਜਰੀਜ਼ ਵੀ ਹੈਗੀ? ਨੋ ਫਾਇਰ ਇੰਜਰੀਜ਼। ਮਤਲਬ ਜ਼ਿਆਦਾ ਸੱਟਾਂ ਕਿੱਥੇ ਨੇ, ਕਿੰਨੇ ਜ਼ਿਆਦਾ ਗਹਿਰੀਆਂ ਸੱਟਾਂ ਨੇ ਕਿ? 1 ਜਣੇ ਦੇ ਥੋੜ੍ਹੀ ਜਿਹੀ ਹੈਗੀ ਆ ਹੈਡ ਇੰਜਰੀ ਹੈਗੀ ਆ, ਉਹਨਾਂ ਨੂੰ ਅਸੀਂ ਹੁਣ ਟ੍ਰੀਟਮੈਂਟ ਲਈ ਰੱਖਿਆ ਹੋਇਆ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।